ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਆਪਣੇ ਗ੍ਰਾਮਰ ਵਰਕ ਵਿੱਚ ਬਹੁਤ ਹੀ ਇੰਪੋਰਟੈਂਟ ਕੁਐਸਚਨ ਤੁਹਾਡਾ ਪਹਿਲਾ ਕੁਐਸਚਨ ਹੈ ਕਿਰਿਆ ਵਿਸ਼ੇਸ਼ਣ ਕਿਸ ਨੂੰ ਕਿਹਾ ਜਾਂਦਾ ਹੈ ਹਾਡਾ ਆਨਸਰ ਹੈ ਵਾਕ ਵਿੱਚ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲੇ ਸ਼ਬਦ ਨੂੰ ਕਿਰਿਆ ਵਿਸ਼ੇਸ਼ਣ ਆਖਦੇ ਹਨ ਨੈਕਸਟ ਕੁਐਸਚਨ ਹੈ ਕਿਰਿਆ ਵਿਸ਼ੇਸ਼ਣ ਸ਼ਬਦਾਂ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹਨ ਹਾਡਾ ਆਨਸਰ ਹੈ ਕਾਲਵਾਚਕ ਕਿਰਿਆ ਵਿਸ਼ੇਸ਼ਣ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਔਰ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਔਰ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਤੇ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਕਹਿੰਦਾ ਭਾਵ ਕਿ 8 ਕਿਸਮਾਂ ਨੇ ਨੈਕਸਟ ਹੈ ਕਹਿੰਦੇ ਕਿ ਹੇਠ ਲਿਖੇ ਸ਼ਬਦ ਕਿਹੜੀ ਕਿਸਮ ਦੇ ਕਿਰਿਆ ਵਿਸ਼ੇਸ਼ਣ ਹਨ ਜਿਸਾਂ ਉਦੋਂ ਹਮੇਸ਼ਾ ਔਰ ਕਦੇ-ਕਦਾਈ ਵਾਰ-ਵਾਰ ਕੱਲ ਔਰ ਖੂਬ ਹੁਣ ਇਹਦੇ ਵਿੱਚ ਵੇਖੋ ਜਿਹੜਾ ਉਦੋਂ ਹੀ ਨਾ ਉਹ ਹੈਗਾ ਕਾਲ ਵਾਚਕ ਕਿਰਿਆ ਵਿਸ਼ੇਸ਼ਣ ਜਿਹੜਾ ਹਮੇਸ਼ਾ ਇਹ ਵੀ ਹੈਗਾ ਕਾਲ ਵਾਚਕ ਕਦੇ-ਕਦਾਈਂ ਮਤਲਬ ਇਹਦੇ ਵਿੱਚ ਦੱਸਿਆ ਨਾ ਕਦੇ-ਕਦੇ ਸੰਖਿਆ ਵਾਚਕ ਵਿਸ਼ੇਸ਼ਣ ਆ ਵਾਰ-ਵਾਰ ਵੀ ਸੰਖਿਆ ਵਾਚਕ ਹੈ ਕਾਲ ਮਤਲਬ ਕਾਲ ਵਾਚਕ ਹੈ ਔਰ ਖੂਬ ਮਤਲਬ ਨਿਸ਼ਚੇ ਵਾਚਕ ਹੈ ਅੱਗੇ ਤੁਹਾਡਾ ਕੁਐਸਚਨ ਕਹਿੰਦੇ ਸਥਾਨ ਵਾਚਕ ਕਿਰਿਆ ਵਿਸ਼ੇਸ਼ਣ ਤੋਂ ਕੀ ਭਾਵ ਹੈ ਉਦਾਹਰਣ ਦੇ ਕੇ ਦੱਸੋ ਤੁਹਾਡਾ ਆਨਸਰ ਕੀ ਹੈ ਸਥਾਨ ਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਕਿ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਦੇ ਸਥਾਨ ਦਾ ਪਤਾ ਲੱਗੇ ਉਸ ਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਉਹ ਅੰਦਰ ਬੈਠਾ ਪੜ ਰਿਹਾ ਹੈ ਉਹ ਪਿੰਡ ਜਾ ਰਹੇ ਹਨ ਉਹ ਅੱਜ ਸਹਿਰੂ ਵਾਪਸ ਆ ਰਿਹਾ ਹੈ ਉਪਰੋਕਤ ਵਾਕਾਂ ਵਿੱਚ ਅੰਦਰ ਪਿੰਡ ਤੇ ਸ਼ਹਿਰੂ ਸ਼ਬਦ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਹਨ ਠੀਕ ਹੈ ਇਹਦੇ ਵਿੱਚ ਕਿਹ ਚੀਜ਼ ਦਾ ਪਤਾ ਲੱਗਦਾ ਕਿ ਹਣ ਸਥਾਨ ਦਾ ਸਿਆ ਗਿਆ ਠੀਕ ਹੈ ਕਿ ਕਿਹੜਾ ਕੰਮ ਕਿਸ ਸਥਾਨ ਤੇ ਹੋ ਰਿਹਾ ਨੈਕਸਟ ਆ ਕਹਿੰਦੇ ਕਿ ਚੰਡੀਗੜ੍ਹ ਸ਼ਬਦ ਵਿੱਚ ਵਾਕ ਚੰਡੀਗੜ੍ਹ ਸ਼ਬਦ ਨੂੰ ਵਾਕ ਵਿੱਚ ਇਸ ਤਰ੍ਹਾਂ ਵਰਤੋ ਕਿ ਇਹ ਦਿਸ਼ਾ ਦੱਸਣ ਵਾਲਾ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਬਣ ਜਾਵੇ ਹੁਣ ਵਾਕ ਕੀ ਹੈ ਕਹਿੰਦਾ ਕਿ ਰਮੇਸ਼ ਇਹ ਕਮੀਜ਼ ਚੰਦੀਗੜ੍ਹੋਂ ਲੈ ਕੇ ਆਇਆ ਸੀ ਠੀਕ ਹੈ ਹੁਣ ਚੰਦੀਗੜ੍ਹ ਵੀ ਵਿੱਚ ਆ ਗਿਆ ਤੇ ਕਿਰਿਆ ਵਿਸ਼ੇਸ਼ਕ ਕਿ ਵਿਸ਼ੇਸ਼ਨ ਵੀ ਆ ਗਿਆ ਵਿੱਚ ਸਥਾਨਵਾਚਕ ਵੀ ਆ ਗਿਆ ਕਿਉਂਕਿ ਉਹ ਚੀਜ਼ ਤੋਂ ਲੈ ਕੇ ਆਇਆ ਸਥਾਨ ਦੱਸਿਆ ਗਿਆ ਅੱਗੇ ਗਿਆ ਕਹਿੰਦਾ ਕਿ ਤੂੰ ਪੜਦਾ ਹੋਲੀ ਹੈ ਪਰ ਗੱਲਾਂ ਜ਼ੋਰ ਨਾਲ ਕਰਦਾ ਹੈ ਇਸ ਵਾਕ ਵਿੱਚ ਕਿਹੜਿਆ ਵਿਸ਼ੇਸ਼ਣ ਸ਼ਬਦ ਚੁਣੋ ਤੇ ਉਹਨਾਂ ਦੀ ਕਿਸਮ ਦੱਸੋ ਉਪਰੋਕਤ ਵਾਕ ਵਿੱਚ ਹੋਲੀ ਤੇ ਜੋਰ ਸ਼ਬਦ ਜਿਹੜੇ ਨੇ ਉਹ ਕਿਰਿਆ ਵਿਸ਼ੇਸ਼ਣ ਹਨ ਜੋ ਕਿ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਹਨ ਠੀਕ ਹੈ ਨੈਕਸਟ ਹੈ ਕਹਿੰਦੇ ਕਿ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਸ਼ਬਦਾਂ ਦੀਆਂ ਪੰਜ ਉਦਾਹਰਨਾਂ ਦਿਓ ਤੇ ਇਹਨਾਂ ਨੂੰ ਵਾਕਾਂ ਵਿੱਚ ਵੀ ਵਰਤੋ ਹੁਣ ਕਹਿੰਦੇ ਇਸ ਕਰਕੇ ਹਰਮਨ ਵੀ ਬਿਮਾਰ ਸੀ ਹਰਮਨ ਕੀ ਹੈ ਬਿਮਾਰ ਸੀ ਇਸ ਕਰਕੇ ਉਹ ਸਕੂਲ ਨਹੀਂ ਗਿਆ ਇਸ ਵਾਸਤੇ ਅਮੰਦਾ ਕੰਮ ਪੂਰਾ ਪੂਰਾ ਸੀ ਇਸ ਵਾਸਤੇ ਉਸ ਦੀ ਕਾਪੀ ਲੈ ਲਈ ਨੈਕਸਟ ਕਿਉਂਕਿ ਬੱਚੇ ਬਹੁਤ ਖੁਸ਼ ਹਨ ਕਿਉਂਕਿ ਕੱਲ ਛੁੱਟੀ ਹੈ ਤਾਂ ਹੀ ਉਹ ਅਲਸੀ ਸੀ ਤਾਂ ਹੀ ਪਾਸ ਨਾ ਹੋ ਸਕਿਆ ਨਾਲ ਉਹ ਬੁਖਾਰ ਨਾਲ ਤਪ ਰਹਾ ਸੀ ਅੱਗੇ ਗਿਆ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਦੇ ਲੱਛਣ ਦੱਸੋ ਤੇ ਨਾਲ ਦੋ ਉਦਾਹਰਨਾਂ ਵੀ ਦਿਓ ਪਹਿਲਾ ਇਹਦਾ ਹੈਗਾ ਕਿਰਿਆ ਵਿਸ਼ੇਸ਼ਣ ਸੌਰੀ ਪରିਮਾਨ ਪਰਿਮਾਨਵਾਚਕ ਠੀਕ ਹੈ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਸ਼ਬਦ ਕਿਹੜੇ ਹੁੰਦੇ ਨੇ ਇਹ ਆਪਾਂ ਹੀ ਬੋਲਾਂਗੇ ਪਹਿਲਾਂ ਕਹਿੰਦੇ ਕਿ ਜਿਸ ਸ਼ਬਦ ਤੋਂ ਕਿਰਿਆ ਦੇ ਪਰਿਮਾਨ ਮਿਨਤੀ ਦਾ ਪਤਾ ਲੱਗੇ ਉਸ ਨੂੰ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਕਿ ਮੇਰਾ ਥੋੜਾ ਜਿਹਾ ਕੰਮ ਬਾਕੀ ਹੈ ਰਾਜਵੀਰ ਬਹੁਤ ਮਿਹਨਤੀ ਹੈ ਹੁਣ ਉਪਰੋਕਤ ਵਾਕਾਂ ਵਿੱਚ ਥੋੜਾ ਜਿਹਾ ਤੇ ਬਹੁਤ ਕੀ ਹੈ ਪରିਮਾਨ ਠੀਕ ਹੈ ਵਾਚਕ ਕਿਰਿਆ ਵਿਸ਼ੇਸ਼ਣ ਹੁਣ ਕਹਿੰਦੇ ਕਿ ਨਿਸ਼ਚੇ ਵਾਚਕ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਦਿਓ ਤੁਹਾਡਾ ਆਨਸਰ ਕੀ ਹੋਏਗਾ ਕਹਿੰਦੇ ਕਿ ਨਿਸ਼ਚੇ ਵਾਚਕ ਕਿਰਿਆ ਵਿਸ਼ੇਸ਼ਣ ਕੀ ਹੁੰਦਾ ਕਹਿੰਦੇ ਜਿਸ ਸਬਤੂ ਕਿਰਿਆ ਬਾਰੇ ਨਿਸ਼ਚੇ ਜਾਂ ਵਿਸ਼ਵਾਸ ਦੇ ਭਾਵ ਪ੍ਰਗਟ ਹੋਣ ਉਸ ਨੂੰ ਨਿਸ਼ਚੇ ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਕਿ ਮੈਂ ਇਸ ਬਾਰੇ ਘਰ ਵਿੱਚ ਜ਼ਰੂਰ ਗੱਲ ਕਰਾਂਗਾ ਮੈਨੂੰ ਤੁਹਾਡੀ ਗੱਲ ਬਿਲਕੁਲ ਠੀਕ ਲੱਗੀ ਬਾਰ ਸਭਾ ਵਿੱਚ ਮੇਰੀ ਕਵਿਤਾ ਖੂਬ ਪਸੰਦ ਕੀਤੀ ਗਈ ਉਪਰੋਕਤ ਵਾਕਾਂ ਵਿੱਚ ਜ਼ਰੂਰ ਬਿਲਕੁਲ ਤੇ ਖੂਬ ਸ਼ਬਦ ਜਿਹੜੇ ਨੇ ਨਿਸ਼ਚੇ ਵਾਚ ਕਿਰਿਆ ਵਿਸ਼ੇਸ਼ਣ ਹਨ ਠੀਕ ਹੈ ਬੇਟਾ ਨੈਕਸਟ ਹੈ ਕਹਿੰਦੇ ਕਿ ਹੇਠ ਲਿਖੇ ਕਿਰਿਆ ਵਿਸ਼ੇਸ਼ਣ ਸ਼ਬਦ ਦਿੱਤੇ ਗਏ ਹਨ ਮਤਲਬ ਹੇਠਾਂ ਕੁਝ ਕੀ ਹੈ ਕਿ ਕਿਹੜਿਆ ਵਿਸ਼ੇਸ਼ਣ ਸ਼ਬਦ ਦਿੱਤੇ ਗਏ ਹਨ ਇਹਨਾਂ ਦੇ ਕਿਰਿਆ ਮੁਤਾਬਕ ਵਰਗ ਬਣਾਓ ਹੋਲੀ ਅੰਨੇਵਾ ਚਟਪਟ और बदोबदी एकदम सुखी सांदी जरूर अनेक बार और खचा होली मतलब प्रकारवाचक वाचक विशेष है झट पट मतलब प्रकारवाचक और बदोबधी भी प्रकार है और बेशक निश्चयवाचक है एकदम प्रकारवाचक सुखी सदी निर्नावाचक ठीक है जरूर मतलब निश्चयवाचक अनेक बार भी संख्यावाचक है और खचा खाच ਨੈਕਸਟ ਹੈ ਹਾਡਾ ਕਹਿੰਦੇ ਕਿ ਸੰਬੰਧਕ ਕਿਸ ਨੂੰ ਕਹਿੰਦੇ ਹਨ ਤੇ ਅਹੀਂ ਜੇ ਤੁਹਾਨੂੰ ਕੁਐਸਚਨ ਆ ਜਾਏਗਾ ਕਿ ਸੰਬੰਧਕ ਸ਼ਬਦ ਕਿਸ ਨੂੰ ਕਹਿੰਦੇ ਹਨ ਹਾਡਾ ਆਨਸਰ ਕੀ ਹੋਏਗਾ ਉਹ ਸ਼ਬਦ ਜੋ ਕਿਸੇ ਵਾਕ ਵਿੱਚ ਆਵੇ ਆਏ ਨਾਂ ਜਾਂ ਪਰਨਾਮ ਸ਼ਬਦਾਂ ਦੇ ਪਿੱਛੇ ਲੱਗ ਕੇ ਉਹਨਾਂ ਦਾ ਸੰਬੰਧ ਵਾਕ ਤੇ ਹੋਰਾਂ ਹੋਰ ਸ਼ਬਦਾਂ ਨਾਲ ਜੋੜ ਉਹਨਾਂ ਨੂੰ ਸੰਬੰਧ ਸੰਬੰਧਕ ਆਖਿਆ ਜਾਂਦਾ ਹੈ ਠੀਕ ਹੈ ਫਿਰ ਦੁਬਾਰਾ ਬੋਲਨੇ ਆ ਕਹਿੰਦੇ ਕਿ ਉਹ ਸ਼ਬਦ ਜੋ ਕਿਸੇ ਵਾਕ ਵਿੱਚ ਆਏ ਨਾਮ ਜਾਂ ਪਰਨਾਮ ਸ਼ਬਦਾਂ ਦੇ ਪਿੱਛੇ ਲੱਗ ਕੇ ਉਹਨਾਂ ਦਾ ਸਬੰਧ ਵਾਕ ਦੇ ਹੋਰ ਸਬੰਧਾਂ ਸ਼ਬਦਾਂ ਨਾਲ ਜੋੜਨ ਜਿਹੜਾ ਉਹਨਾਂ ਦਾ ਸਬੰਧ ਹੈ ਕਿਸੇ ਹੋਰ ਸ਼ਬਦਾਂ ਨਾਲ ਜੋੜਨ ਤਾਂ ਉਹਨੂੰ ਸਬੰਧਕ ਆਖਿਆ ਜਾਂਦਾ ਹੈ ਨੈਕਸਟ ਆ ਕਹਿੰਦੇ ਕਿ ਕਿਸੇ ਵਾਕ ਵਿੱਚ ਸਬੰਧਕ ਸ਼ਬਦ ਦੀ ਕੀ ਮਹੱਤਤਾ ਮਤਵਤਾ ਹੁੰਦੀ ਹੈ ਇੰਦਕੀ ਵਾਕ ਵਿੱਚ ਸੰਬੰਧਕ ਸ਼ਬਦ ਨਾਮ ਜਾਂ ਪਰਨਾਮ ਦਾ ਸੰਬੰਧ ਵਾਕ ਵਿੱਚ ਹੋਰ ਸ਼ਬਦਾਂ ਨਾਲ ਜੋੜਦਾ ਹੈ ਜੇ ਵਾਕਾਂ ਵਿੱਚ ਸੰਬੰਧਕ ਸ਼ਬਦ ਕੱਢ ਦਿੱਤੇ ਜਾਂ ਜਾਂ ਤਾਂ ਵਾਕ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਉਦਾਹਰਨ ਕੀ ਹੈ ਸੰਬੰਧਕ ਨਾਲ ਵਖੋ ਇਹ ਪੈਨ ਮਨਜਿੰਦਰ ਦਾ ਹੈ ਤੇ ਸੰਬੰਧਕ ਤੋਂ ਬਿਨਾ ਕੀ ਇਹ ਪੈਨ ਮਨਜਿੰਦਰ ਹੈ ਠੀਕ ਹੈ ਹੁਣ ਦਾਾ ਨਹੀਂ ਲਾਇਆ ਤੇ ਕੋਈ ਸੈਂਟੈਂਸ ਜਿਹੜਾ ਸਾਡਾ ਕੰਪਲੀਟ ਨਹੀਂ ਹੋਇਆ ਤੇ ਜਿਹੜਾ ਦਾਾ ਹੈ ਇਹ ਕੀ ਹੈ ਸੰਬੰਧਕ ਸ਼ਬਦ ਨੈਕਸਟ ਹੈ ਹਿੰਦਕੀ ਹੇਠ ਲਿਖੇ ਵਾਕ ਵਿੱਚ ਸੰਬੰਧਕ ਸ਼ਬਦ ਚੁਣੋ ਮੇਰੇ ਮੇਰੇ ਚਾਚੇ ਦੀ ਕੁੜੀ ਨੇ ਇੰਗਲੈਂਡ ਤੋਂ ਮੈਨੂੰ ਇੱਕ ਕੈਮਰਾ ਭੇਜਿਆ ਉਹ ਵੇਲਾ ਤੇ ਬਿਲਕੁਲ ਵਿਚਕਾਰ ਉਹ ਸੋਰੀ ਉਹ ਵਿਹੜੇ ਦੇ ਬਿਲਕੁਲ ਵਿਚਕਾਰ ਖੜਾ ਸੀ ਸਕੂਲ ਦੀ ਛਾਤ ਉੱਪਰ ਝੰਡਾ ਝੰਡਾ ਲਹਿਰਾ ਰਿਹਾ ਸੀ ਹੁਣ ਪਹਿਲਾ ਹੈਗਾ ਮੇਰੇ ਚਾਚਾ ਦੀ ਇਹਦੇ ਵਿੱਚ ਦੀ ਆ ਜਾਏਗਾ ਕੁੜੀ ਨੇ ਫਿਰ ਇੱਥੇ ਵੀ ਨੇ ਆ ਜਾਏਗਾ ਤੋਂ ਆ ਜਾਏਗਾ ਇੰਗਲੈਂਡ ਤੋਂ ਮੇਰੇ ਵਾਸਤੇ ਕੈਮਰਾ ਭੇਜਿਆ ਅੱਗੇਗਾ ਉਹ ਵਿਹੜੇ ਦੇ ਬਿਲਕੁਲ ਵਿਚਕਾਰ ਖੜਾ ਸੀ ਠੀਕ ਹੈ ਇਹਦੇ ਵਿੱਚ ਆਏਗਾ ਦੇ ਤੇ ਵਿਚਕਾਰ ਫੇਰ ਅਗਾ ਸਕੂਲ ਦੀ ਛਤ ਉੱਪਰ ਤਿਰੰਗਾ ਝੰਡਾ ਲਹਿਰਾ ਰਿਹਾ ਸੀ ਪਹਿਲਾ ਆਏਗਾ ਦੀ ਤੇ ਫਿਰ ਆਏਗਾ ਉੱਪਰ ਠੀਕ ਹੈ ਬੇਟਾ ਨਸਾ ਕਹਿੰਦੇ ਕਿੰਨੇ ਹੀ ਦੇਸ਼ ਭਗਤ ਨੂੰ ਭਗਤਾ ਨੂੰ ਹੱਥੀ ਹੱਤ ਘੜੀਆਂ ਤੇ ਪੈਰੀ ਬੇਰੀਆਂ ਪਾ ਕੇ ਦੇਸ਼ੋਂ ਦੂਰ ਕਾਲੇ ਪਾਣੀ ਦੀਆਂ ਜੇਲਾਂ ਵਿੱਚ ਰੱਖਿਆ ਜਾਂਦਾ ਸੀ ਉਪਰੋਕਤ ਦਿੱਤੇ ਵਾਕ ਵਿੱਚ ਲਕੀਰੇ ਸ਼ਬਦ ਮਤਲਬ ਹਾਥੀ ਪੈਰੀ ਤੇ ਦੇਸ਼ੋਂ ਕਹਿੰਦੇ ਕਿ ਇਹ ਜਿਹੜੇ ਲਕੀਰੇ ਸ਼ਬਦਾਂ ਵਿੱਚ ਲੱਗੇ ਕਾਰਕੀ ਪਿਛੇਤਰਾਂ ਦੀ ਥਾਂ ਸੰਬੰਧਕ ਲਾ ਕੇ ਵਾਕ ਨੂੰ ਮੁੜ ਲਿਖੋ ਹੁਣ ਵੇਖੋ ਕਹਿੰਦੇ ਕਿ ਹੱਥੀ ਕਹਿੰਦੇ ਕਿੰਨੇ ਹੀ ਦੇਸ਼ ਭਗਤਾ ਨੂੰ ਹੱਥਾਂ ਵਿੱਚ ਠੀਕ ਹੈ ਪਹਿਲਾਂ ਹੱਥੀ ਨਾ ਹੱਥਾਂ ਵਿੱਚ ਹੱਥ ਕੜੀਆਂ ਤੇ ਪੈਰਾਂ ਪੈਰੀ ਹੈ ਨਾ ਉੱਥੇ ਪੈਰਾਂ ਵਿੱਚ ਬੇੜੀਆਂ ਪਾ ਕੇ ਦੇਸ਼ ਉਹ ਨਾ ਉੱਥੇ ਦੇਸ਼ ਤੋਂ ਠੀਕ ਹੈ ਬਾਹ ਦੂਰ ਕਾਲੇ ਪਾਣੀ ਦੀਆਂ ਜੇਲਾਂ ਵਿੱਚ ਰੱਖਿਆ ਜਾਂਦਾ ਸੀ ਵੇਖੋ ਪਹਿਲਾਂ ਹੈਗਾ ਹਾਥੀ ਤੇ ਹਾਥੀ ਦੇ ਅੱਗੇ ਕੀ ਆ ਗਿਆ ਵਿਚ ਵਿਚ ਵੀ ਸਬੰਧਿਕ ਹੈ ਫਿਰ ਪੈਰਾ ਠੀਕ ਹੈ ਪੈਰਾ ਦੇ ਅੱਗੇ ਕੀ ਆਇਆ ਵਿਚ ਵਿਚ ਵੀ ਇੱਥੇ ਵੀ ਪੈਰਾ ਵਿੱਚ ਵੀ ਸਬੰਧਿਕ ਆ ਗਿਆ ਹੁਣ ਕਹਿੰਦੇ ਕਿ ਦੇਸ਼ ਹੈ ਉੱਥੇ ਕਹਿੰਦਾ ਦੇਸ਼ੋ ਹੀ ਨਾ ਤਾਂ ਤੋਂ ਨਾ ਲ ਆ ਗਿਆ ਸੰਬੰਧਵਾਚ ਜਿਹੜਾ ਹੈ ਸ਼ਬਦ ਲਾਤਾ ਤੇ ਦੇਸ਼ ਤੋਂ ਹੋ ਗਿਆ ਠੀਕ ਹੈ ਇਹਦੇ ਵਿੱਚ ਮਤਲਬ ਹੱਥਾਂ ਹੱਥਾਂ ਦੇ ਅੱਗੇ ਜਿਹੜਾ ਵਿੱਚ ਆਇਆ ਤੇ ਪੈਰ ਦੇ ਵਿੱਚ ਜਿਹੜਾ ਵਿੱਚ ਆਇਆ ਤੇ ਫਿਰ ਦੇਸ਼ ਤੋਂ ਆਇਆ ਨਾ ਜਿਹੜਾ ਇਹ ਸਾਰੇ ਕੀ ਹੈ ਸੰਬੰਧਵਾਚਕ ਠੀਕ ਹੈ ਸੰਬੰਧਕ ਸ਼ਬਦ ਨੇ ਨੈਕਸਟ ਹੈ ਕਹਿੰਦੇ ਕਿ ਅੰਦਰ ਸ਼ਬਦ ਕਿਹੜੇ ਵਾਕ ਵਿੱਚ ਕਿਰਿਆ ਵਿਸ਼ੇਸ਼ਣ ਵਜੋਂ ਵਰਤਿਆ ਜਾਂਦਾ ਹੈ ਸਾਡਾ ਔੜਾ ਹੈਗਾ ਕਹਿੰਦੇ ਮੁੱਖ ਅਧਿਆਪਕ ਜੀ ਦਫ਼ਤਰ ਅੰਦਰ ਬੈਠੇ ਹਨ ਮੁੱਖ ਅਧਿਆਪਕ ਜੀ ਮੁੱਖ ਅਧਿਆਪਕ ਜੀ ਅੰਦਰ ਬੈਠੇ ਹਣ ਹੁਣ ਵੇਖੋ ਕਹਿੰਦੇ ਕਿ ਬਾਹਰ ਇਹਦੇ ਵਿੱਚ ਕੀ ਆਏਗਾ ਸਾਡਾ ਤੇ ਦੂਜੇ ਦਾ ਵੀ ਪੜ ਲੈਣੇ ਆ ਬਾਹਰ ਸ਼ਬਦ ਕਿਹੜੇ ਵਾਕ ਵਿੱਚ ਸੰਬੰਧਕ ਵਰਤਿਆ ਜਾਂਦਾ ਹੈ ਹੁਣ ਵੇਖੋ ਪਹਿਲੇ ਵਿੱਚ ਅਸੀਂ ਦੱਸ ਦਿੰਨੇ ਆ ਕਿ ਮੁੱਖ ਅਧਿਆਪਕ ਜੀ ਅੰਦਰ ਬੈਠੇ ਹਨ ਠੀਕ ਹੈ ਦਫਤਰ ਅੰਦਰ ਨਹੀਂ ਮਤਲਬ ਦਫਤਰ ਵੀ ਤੇ ਜਿਹੜਾ ਉਹ ਵੀ ਕਮਰਾ ਹੀ ਇੱਕ ਹਿਸਾਬ ਦਾ ਠੀਕ ਹੈ ਤੇ ਉਹ ਕੀ ਹੈ ਅੰਦਰ ਬੈਠੇ ਹਨ ਭਾਵੇਂ ਉਹ ਵਾਹੇ ਦਫਤਰ ਦੇ ਅੰਦਰ ਬੈਠੇ ਨੇ ਜਾਂ ਉਹ ਕੈਲੋ ਕਲਾਸ ਅੰਦਰ ਬੈਠੇ ਨੇ ਬੈਠੇ ਤੇ ਅੰਦਰ ਹੀ ਹੈ ਨਾ ਪਹਿਲਾ ਹਟਾ ਆਨਸਰ ਹੈਗਾ ਮੁਖ ਅਧਿਆਪਕ ਜੀ ਅੰਦਰ ਬੈਠੇ ਹਨ ਨੈਕਸਟ ਹੈ ਕਹਿੰਦੇ ਕਿ ਬਾਹਰ ਸ਼ਬਦ ਕਿਹੜੇ ਵਾਕ ਵਿੱਚ ਸੰਬੰਧਕ ਵਜੋਂ ਵਰਤਿਆ ਜਾਂਦਾ ਹੈ ਪਿਤਾ ਜੀ ਬਾਹਰ ਗਏ ਹਨ ਪਿਤਾ ਜੀ ਘਰੋਂ ਬਾਹਰ ਖੇਤਾਂ ਵਿੱਚ ਗਏ ਹਨ ਇਹਦੇ ਵਿੱਚ ਕੀ ਆਏਗਾ ਪਿਤਾ ਜੀ ਘਰੋਂ ਬਾਹਰ ਖੇਤਾਂ ਵਿੱਚ ਗਏ ਹਨ ਇਹਦੇ ਵਿੱਚ ਜਗ੍ਹਾ ਦੱਸ ਦਿੱਤੀ ਗਈ ਹੈ ਕਿ ਘਰੋਂ ਬਾਹਰ ਗਏ ਨੇ ਉਹ ਕਿੱਥੇ ਗਏ ਨੇ ਖੇਤਾਂ ਵਿੱਚ ਗਏ ਨੇ ਠੀਕ ਹੈ ਬੇਟਾ ਅੱਗੇ ਗਾ ਨੌਕਰ ਆੰਬ ਅਤੇ ਤਲਾ ਸ਼ਬਦ ਦੇ ਬਹੁਵਚਨ ਰੂਪਾਂ ਦੇ ਸਬੰਧਕੀ ਰੂਪ ਕਿਹੜੇ ਹਨ ਪਹਿਲਾ ਹੈਗਾ ਇੱਕ ਵਚਨ ਬਹੁਵਚਨ ਤੋਂ ਸਬੰਧਕੀ ਰੂਪ ਨੌਕਰ ਇੱਕ ਤੇ ਨੌਕਰਾਂ ਦੋ ਹੁਣ ਕਹਿੰਦੇ ਜਿਹੜਾ ਸਬੰਧਕੀ ਰੂਪ ਹੈ ਵਾਕ ਕਿਹੜਾ ਨੌਕਰਾਂ ਨੂੰ ਤਨਖਾਹਾਂ ਵਧਨ ਤੇ ਖੁਸ਼ੀ ਹੋਈ ਸੀ ਹੋਈ ਠੀਕ ਹੈ ਨੌਕਰਾਂ ਨੂੰ ਕੀ ਹੋਇਆ ਕਿ ਤਨਖਾਹਾਂ ਵਧਣ ਤੇ ਬਹੁਤ ਖੁਸ਼ੀ ਹੋਈ ਤੇ ਇਹ ਜਿਹੜਾ ਸ਼ਬਦ ਉਹ ਕੀ ਹੈ ਮਤਲਬ ਸਬੰਧਕੀ ਰੂਪ ਹੈ ਅੰਬ ਅੰਬ ਦਾ ਇੱਕ ਵਚਨ ਹੋ ਗਿਆ ਤੇ ਬਹੁਵਚਨ ਅੰਬਾ ਹੋ ਗਿਆ ਅੰਬਾ ਦੇ ਦਰਖਤ ਬਾਗ ਵਿੱਚ ਕਾਫੀ ਹਨ ਅੱਗੇ ਹੈ ਤਲਾ ਤਲਾਵਾ ਲਗਾਤਾਰ ਮੀਂਹ ਪੈਣ ਕਾਰਨ ਤਲਾਵਾ ਦੇ ਪਾਣੀ ਉੱਤੇ ਹੋ ਗਏ ਹਨ ਠੀਕ ਹੈ ਮਤਲਬ ਜ਼ਿਆਦਾ ਪਾਣੀ ਆ ਗਿਆ ਅਗੇ ਗਏ ਜੋਜਕ ਕਿਸ ਨੂੰ ਕਿਹਾ ਜਾਂਦਾ ਕਹਿੰਦੇ ਕਿ ਜਿਹੜੇ ਸ਼ਬਦ ਵਾਕ ਵਿੱਚ ਦੋ ਸ਼ਬਦਾਂ ਵਾਕਾਂਸ਼ਾ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਨ ਉਹਨਾਂ ਨੂੰ ਜੋਜਕ ਕਿਹਾ ਜਾਂਦਾ ਹੈ ਜਿਵੇਂ ਕਿਉਂਕਿ ਅਤੇ ਕੇ ਅਤੇ ਕੀ ਅਤੇ ਅਤੇ ਕੀ ਠੀਕ ਹੈ ਅਗੇ ਗਏ ਜੋਜਕਾਂ ਦੀ ਵੰਡ ਕਿੰਨੇ ਤਰ੍ਹਾਂ ਨਾਲ ਹੋ ਸਕਦੀ ਹੈ ਵੇਰਵੇ ਸਹਿਤ ਦੱਸੋ ਹੁਣ ਇਹ ਹੈਗੇ ਨੇ ਦੋ ਪ੍ਰਕਾਰ ਦੇ ਜਿਸਾ ਕਿ ਕਾਰਜ ਦੇ ਆਧਾਰ ਤੇ ਤੇ ਬੰਤਰ ਦੇ ਆਧਾਰ ਤੇ ਹੁਣ ਕਾਰਜ ਦੇ ਧਾਰ ਤੇ ਵੀ ਜੋਜਕ ਅੱਗੇ ਜਿਹੜੇ ਦੋ ਨੇ ਸਮਾਨ ਜੋਜਕ ਪਹਿਲਾ ਹੈਗਾ ਸਮਾਨ ਜੋਜਕ ਕਹਿੰਦੇ ਕਿ ਜਿਹੜੇ ਜੋਜਕ ਸਮਾਨ ਸ਼ਬਦਾਂ ਵਾਕਾਂਸ਼ਾਂ ਜਿਹੜਾ ਵਾਕਾਂ ਨੂੰ ਜਾਂ ਵਾਕਾਂ ਨੂੰ ਜੋੜਦੇ ਹਨ ਉਹਨਾਂ ਨੂੰ ਸਮਾਨ ਜੋਜਕ ਆ ਜਾਂਦਾ ਹੈ ਉਦਾਹਰਨ ਮਨਪ੍ਰੀਤ ਅਤੇ ਰਮਨ ਦੋਵੇਂ ਪੱਕੇ ਮਿੱਤਰ ਹਨ ਇਹ ਇੱਕ ਮिज ਸੋਣੀ ਹੈ ਪਰ ਮਹਿੰਗੀ ਬਹੁਤ ਹੈ ਔਰ ਹਰਮਨ ਪਰਦਾ ਵੀ ਹੈ ਤੇ ਨਾਲੇ ਖੇਡਦਾ ਖੇਡਦਾ ਵੀ ਹੈ ਉਪਰੋਕਤ ਵਾਕਾਂ ਵਿੱਚ ਅਤੇ ਪਰ ਤੇ ਨਾਲੇ ਸ਼ਬਦ ਕਿਹੜੇ ਨੇ ਸਮਾਨਜੋਜਿਕ ਹੁਣ ਹੈਗੇ ਅਧੀਨ ਜੋਜਿਕ ਕਿੰਦੇ ਕਿ ਇੰਨਾ ਦੀ ਵਰਤੋਂ ਮਿਸ਼ਰਤ ਵਾਕਾਂ ਦੀ ਸਿਰਜਣਾ ਕਰਨ ਲਈ ਕੀਤੀ ਜਾਂਦੀ ਹੈ ਇਹ ਅਧੀਨ ਉਪਵਾਕ ਜਾਂ ਉਹ ਪਵਾਕਾਂ ਨੂੰ ਪ੍ਰਧਾਨ ਉਪਵਾਕ ਨਾਲ ਜੋੜਦੇ ਹਨ ਹੁਣ ਵੇਖੋ ਤੀਰਥ ਤੀਰਥ ਬਹੁਤ ਬਿਮਾਰ ਸੀ ਫਿਰ ਵੀ ਸਕੂਲ ਗਿਆ ਦਫ਼ਤਰ ਕੱਲ ਨਹੀਂ ਖੁੱਲੇਗਾ ਕਿਉਂਕਿ ਕੱਲ ਛੁੱਟੀ ਹੈ ਵਧੀਆ ਵਿਦਿਆਰਥੀ ਨਾਲ ਦੇ ਨਾਲ ਦੁਹਰਾਏ ਕਰਦੇ ਰਹਿੰਦੇ ਹਨ ਤਾਂ ਕਿ ਅੱਗੇ ਜਾ ਕੇ ਉਹਨਾਂ ਨੂੰ ਔਖਾ ਨਾ ਪਵੇ ਉਪਰੋਕਤ ਵਾਕਾਂ ਵਿੱਚ ਫਿਰ ਵੀ ਕਿਉਂਕਿ ਤਾਂ ਵੀ ਸ਼ਬਦ ਜਿਹੜੇ ਨੇ ਅਧীন ਜੋਜਕ ਹਨ ਨੈਕਸਟ ਹਰ ਡਾਗ ਬੰਤਰ ਦੇ ਆਧਾਰ ਤੇ ਕਿਹੜੇ ਨੇ ਬੰਤਰ ਤੇ ਆਧਾਰ ਤੇ ਵੇਖ ਲਓ ਇੱਕ ਗੈ ਕਾਰੀ ਜੋਜਕ ਜਿਹੜੇ ਜੋਜਕ ਇੱਕ ਸ਼ਬਦ ਤੋਂ ਬੰਦੇ ਹਨ ਉਹਨਾਂ ਨੂੰ ਹੀ ਕੈਰੀ ਜੋਜਕ ਕਹਿੰਦੇ ਹਨ ਜਿਵੇਂ ਅਤੇ ਪਰ ਕੀ ਭਾਵ ਜਾਂ ਆदि ਹੁਣ ਆ ਗਿਆ ਸੰਯੁਕਤ ਜੋਜਕ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਤੋਂ ਮਿਲ ਕੇ ਬਣੇ ਜੋਜਕਾਂ ਨੂੰ ਸੰਯੁਕਤ ਜੋਜਕ ਕਿਹਾ ਜਾਂਦਾ ਹੈ ਜਿਵੇਂ ਇਸ ਕਰਕੇ ਤਾਂ ਕਿ ਕਿਉਂ ਕਿਤੇ ਇਸ ਲਈ ਆदि ਹੁਣ ਆ ਗਿਆ ਸਹਿਸਬੰਧਕੀ ਜੋਜਕ ਉਹ ਕਿਹੜੇ ਨੇ ਕਹਿੰਦੇ ਕਿ ਸਹਿਸਬੰਧਕੀ ਜੋਜਕ ਟੁੱਟਵੇਂ ਰੂਪ ਵਿੱਚ ਵਰਤੇ ਜਾਂਦੇ ਹਨ ਉਦਾਹਰਣ ਭਾਵੇਂ ਰਾਜੂ ਗਰੀਬ ਹੈ ਪਰ ਇਮਾਨਦਾਰ ਹੈ ਠੀਕ ਹੈ ਬੇਟਾ ਹੁਣ ਕਹਿੰਦੇ ਕਿਸਮਾਨ ਜੋਜਕ ਤੇ ਅਧੀਨ ਜੋਜਕ ਵਿੱਚ ਕੀ ਅੰਤਰ ਹੈ ਪਹਿਲਾ ਹੈਗਾ ਸਮਾਨ ਜੋਜਕ ਕਹਿੰਦੇ ਜਿਹੜੇ ਸ਼ਬ ਜੋਜਕ ਸਮਾਨ ਸ਼ਬਦਾਂ ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜਦੇ ਹਨ ਉਹਨਾਂ ਉਹਨਾਂ ਨੂੰ ਕੀ ਕਹਿੰਦੇ ਨੇ ਸਮਾਨ ਜੋਜਕ ਕਿਹਾ ਜਾਂਦਾ ਹੈ ਤੇ ਅਧੀਨ ਜੋਜਕ ਕਿਹੜੇ ਨੇ ਕਹਿੰਦੇ ਕਿ ਇਹਨਾਂ ਦੇ ਵਰਤੋਂ ਮਿਸ਼ਰਤ ਵਾਕਾਂ ਦੀ ਸਿਰਜਣਾ ਲਈ ਕੀਤੀ ਜਾਂਦੀ ਹੈ ਇਹ ਅਧੀਨ ਉਪਵਾਕ ਜਾਂ ਉਪਵਾਕਾਂ ਨੂੰ ਪ੍ਰਧਾਨ ਉਪਵਾਕਾਂ ਨਾਲ ਜੋੜਦੇ ਹਨ ਅੱਗੇ ਹੈਗਾ ਕਹਿੰਦੇ ਕਿ ਹੇਠ ਲਿਖਿਆਂ ਵਿੱਚੋਂ ਕਿਹੜੇ ਵਾਕ ਵਿੱਚ ਸਹਿਸੰਬੰਧਕੀ ਜੋਜਕ ਆਏ ਹਨ ਪੜ੍ਹ ਲੈਣੇ ਆ ਪਹਿਲਾਂ ਕਹਿੰਦੇ ਕਿ ਮੈਂ ਤੁਹਾਨੂੰ ਸੂਚਿਤ ਕਰ ਦਿੱਤਾ ਸੀ ਕਿ ਮੈਂ ਸਕੂਲ ਨਹੀਂ ਆਵਾਂਗਾ ਭਾਵੇਂ ਮੀਂਹ ਪਵੇ ਭਾਵੇਂ ਹੜ ਆਵੇ ਫਿਰ ਵੀ ਮੈਂ ਸਮੇਂ ਸਿਰ ਸਕੂਲ ਜਾਂਦਾ ਹਾਂ ਤੂੰ ਸਾਰਾ ਦਿਨ ਖੇਡਦਾ ਰਹਿੰਦਾ ਹੈ ਤਦ ਵੀ ਪ੍ਰੀਖਿਆ ਵਿੱਚ ਤੇਰੇ ਘੱਟ ਅੰਕ ਤਦ ਹੀ ਪ੍ਰੀਖਿਆ ਵਿੱਚ ਤੇਰੇ ਘੱਟ ਅੰਕ ਆਉਂਦੇ ਹਨ ਆਏ ਹਨ ਉਨਰਟਾਉ ਗੱਲਾਂ ਕਰਨ ਦੀ ਆਦਤ ਹੈ ਇਸ ਲਈ ਮੈਂ ਉਸ ਦੇ ਕੋਲ ਬੈਠਣਾ ਪਸੰਦ ਨਹੀਂ ਕਰਦਾ ਹੁਣ ਵੇਖੋ ਇਹਦੇ ਵਿੱਚ ਭਾਵੇਂ ਮੀਂਹ ਪਵੇ ਭਾਵੇਂ ਹੜ ਆਵੇ ਫਿਰ ਵੀ ਮੈਂ ਸਮੇਂ ਸੇ ਸਕੂਲ ਜਾਂਦਾ ਹਾਂ ਠੀਕ ਹੈ ਇਹਦੇ ਵਿੱਚ ਕਿਹੜਾ ਹੈ ਇਹਦੇ ਵਿੱਚ ਇਹ ਇਹਦੇ ਵਿੱਚ ਹੀ ਸ਼ਬਦ ਆਏ ਨੇ ਕਿਹੜੇ ਸਹਿਸਬੰਧਕੀ ਜੋਜਕ ਆਏ ਨੇ ਠੀਕ ਹੈ ਭਾਵੇਂ ਮੀਂਹ ਪਵੇ ਭਾਵੇਂ ਹੜਾ ਆਵੇ ਫਿਰ ਵੀ ਮੈਂ ਸਮੇਂ ਸਿਰ ਸਕੂਲ ਜਾਂਦਾ ਹਾਂ ਅੱਗੇ ਗਿਆ ਕਹਿੰਦੇ ਵਿਸਮਿਕ ਕਿਸ ਨੂੰ ਕਹਿੰਦੇ ਹਨ ਜਾਂ ਵਿਸਮਿਕ ਸ਼ਬਦ ਕਿਸ ਨੂੰ ਕਹਿੰਦੇ ਹਨ ਖੁਸ਼ੀ ਗਮੀ ਹੈਰਾਨੀ ਪੈ ਪ੍ਰਸ਼ੰਸਾ ਆदि ਭਾਵਾਂ ਦੇ ਪ੍ਰਗਟਾਵੇ ਲਈ ਵਰਤੇ ਜਾਂਦੇ ਸ਼ਬਦਾਂ ਨੂੰ ਵਿਸਮਿਕ ਸ਼ਬਦ ਕਹਿੰਦੇ ਹਨ ਬੱਲੇ ਹਾਏ ਸ਼ਾਬਾਸ਼ ਤੇ ਹੈ ਆਦੀ ਵਿਸਮਿਕ ਸ਼ਬਦ ਹਨ ਹੇਠ ਲਿਖੇ ਭਾਵਾਂ ਨੂੰ ਪ੍ਰਗਟ ਕਰਨ ਲਈ ਆਮ ਤੌਰ ਤੇ ਕਿਹੜੇ ਕਿਹੜੇ ਸ਼ਬਦਾਂ ਦੀ ਵਰਤੋਂ ਹੁੰਦੀ ਹੈ ਖੁਸ਼ੀ ਹੈਰਾਨੀ ਡਰ ਤੇ ਗਮੀ ਹੁਣ ਵੇਖੋ ਖੁਸ਼ੀ ਵਾਲੇ ਕਿਹੜੇ ਸ਼ਬਦ ਹਨ ਬੱਲੇ ਅਸ਼ਕੇ ਵਾਹ ਵਾਹ ਸਦਕੇ ਆਦਿ ਤੇ ਹੈਰਾਨੀ ਵਾਲੇ ਭਾਈ ਵਾਹ ਹੈ ਹੱਲਾ ਹੈ ਹੈ ਆਦਿ ਡਰ ਵੇਖੀ ਖਬਰਦਾਰ ਬਚ ਕੇ ਜਦੋਂ ਅਸੀਂ ਕਿਸੇ ਨੂੰ ਕਹਿੰਦੇ ਬਚ ਕੇ ਬਚ ਕੇ ਜਾ ਖਬਰਦਾਰ ਵੇਖੀ ਵੇਖ ਕੇ ਜਾਈਂ ਕਹਿੰਦੋ ਮਤਲਬ ਕਿ ਇੱਧਰ ਉੱਧਰ ਵੇਖ ਕੇ ਜਾਈਂ ਔਰ ਖਬਰਦਾਰ ਕਰਦੇ ਆਂ ਠੀਕ ਹੈ ਗਮੀ ਹਾਏ ਓਏ ਹਾਏ ਰੱਬਾ ਅਫਸੋਸ ਅੱਗੇ ਹੈ ਕਿ ਸੇ ਵਾਕ ਵਿੱਚ ਕੋਈ ਸ਼ਬਦ ਸੰਬੰਧਕ ਸੰਬੰਧਨੀ ਹੈ ਜਾਂ ਵਿਸ਼ਮਿਕ ਇਸ ਦਾ ਪਤਾ ਕਿਵੇਂ ਲੱਗਦਾ ਹੈ ਹੁਣ ਕਹਿੰਦੇ ਕਿ ਜਸਬੋਧਨੀ ਜਿਹੜੇ ਸ਼ਬਦ ਹੈ ਸਬੋਧਨੀ ਸੋਲੇ ਸਬੋਧਨੀ ਸ਼ਬਦ ਪਿੱਛੇ ਵਾਕ ਵਿੱਚ ਕਾਮਾ ਲੱਗਦਾ ਹੈ ਪਰ ਵਿਸ਼ਮਿਕ ਸ਼ਬਦ ਪਿੱਛੇ ਜਿਹੜਾ ਵਿਸ਼ਮਿਕ ਚਿੰਨ ਲੱਗਦਾ ਹੈ ਠੀਕ ਹੈ ਅੱਗੇ ਹਗਾ ਕਹਿੰਦਾ ਕਿ ਹੇਠ ਲਿਖੇ ਸ਼ਬਦਾਂ ਵਿੱਚ ਵਿਸ਼ਵਕ ਸ਼ਬਦਾਂ ਨੂੰ ਚੁਣੋ ਖਬਰਦਾਰ ਮੇਰੀ ਜੇ ਮੇਰੀ ਗੇਂਦ ਨੂੰ ਹੱਥ ਲਾਇਆ ਜੀਤੀ ਨੇ ਕੜਕ ਕੇ ਕਿਹਾ ਬੱਲੇ ਬੱਲੇ ਬਾਹਰ ਸੂਰਜ ਕਿੰਨਾ ਚੰਗਾ ਚੜ ਆਇਆ ਹੈ ਬੂਹਾ ਖੋਲਦੇ ਹੋਏ ਸੁમિતਰਾ ਨੇ ਕਿਹਾ ਆ ਕਿੰਨੀ ਚਲਾਕ ਆ ਆ ਕਿੰਨਾ ਚਲਾਕ ਬੰਦਾ ਹੈ ਇਹ ਵਾਰੀ ਮੇਰੀ ਹੈ ਪ੍ਰੀਤੀ ਨੇ ਕਿਹਾ ਅੱਗੇਗਾ ਹਾਈ ਬਾਪੂ ਜੀ ਕੰਡਾ ਚੁੱਬਿਆ ਹੀ ਕੱਡਾ ਚੁੱਬਦਿਆਂ ਹੀ ਹਰਜੀਤ ਨੇ ਚੀਕਦਿਆਂ ਕਿਹਾ ਹੁਣ ਇਹਦੇ ਵਿੱਚ ਵੀ ਖਬਰਦਾਰ ਜਿਹੜੇ ਵਿਸ਼ਮਿਕ ਚਿੰਨ੍ਹ ਕਿਹੜੇ ਨੇ ਖਬਰਦਾਰ ਠੀਕ ਹੈ ਅੱਗੇ ਬੱਲੇ ਬੱਲੇ ਔਰ ਹਾ ਆਹਾ ਤੇ ਹਾਏ ਠੀਕ ਹੈ ਨੈਕਸਟ ਹੈਡ ਆ ਜਾਂਦਾ ਹੈ ਹਾਂਜੀ ਬਟ ਇੰਨਾ ਹੀ ਹੈ ਤੇ ਇਹ ਬਹੁਤ ਇੰਪੋਰਟੈਂਟ ਨੇ ਸੋ ਇਹਨਾਂ ਨੂੰ ਅੱਛੇ ਤਰ੍ਹਾਂ ਕਰ ਲੈਣਾ ਤੇ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਟੇਕ ਕੇਅਰ